ਦੇ ਸਿੰਘੂ ਬਾਰਡਰ ਤੇ 1 ਸਾਲ ਤੋਂ ਜ਼ਿਆਦਾ ਸਮਾਂ ਤੱਕ ਚੱਲੇ ਕਿਸਾਨੀ ਸੰਘਰਸ਼ ਵਿੱਚ ਲੰਬਾ ਸਮਾਂ ਮੋਰਚੇ ਵਿੱਚ ਰਹਿ ਕੇ ਪਿੰਡ ਨੱਥੂ ਚਾਹਲ ਦੀ ਟੈਂਟ ਸਿਟੀ ਵਿੱਚ ਸੇਵਾ ਕਰਨ ਵਾਲੇ ਪਾਲੀ ਅਤੇ ਨੂਰ ਦਾ NRI ਵੈਲਫੇਅਰ ਕਮੇਟੀ ਦੇ ਪਿੰਡ ਵਾਸੀਆਂ ਵੱਲੋਂ ਪਿੰਡ ਨੱਥੂ ਚਾਹਲ ਵਿਖੇ ਪੁੱਜਣ ਲਈ ਮੋਟਰਸਾਈਕਲ ਅਤੇ 51,000 ਰੁਪਏ ਨਗਦ ਰਾਸ਼ੀ ਨਾਲ ਸਨਮਾਨ ਕੀਤਾ ਗਿਆ। ਇਸ ਨੌਜਵਾਨ ਦੇ ਪੁੱਤਰ ਦੀ ਪੜ੍ਹਾਈ ਦਾ ਸਾਰਾ ਖਰਚਾ ਚੁੱਕਣ ਦਾ ਫੈਸਲਾ ਵੀ ਕੀਤਾ। ਇਸ ਦੌਰਾਨ ਗੁਰਦੁਆਰਾ ਸਾਹਿਬ ਵਿਖੇ ਕਿਸਾਨੀ ਮੋਰਚੇ ਵਿੱਚ ਜਿੱਤ ਪ੍ਰਾਪਤੀ ਤੇ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਲਈ ਅਰਦਾਸ ਵੀ ਕੀਤੀ ਗਈ। ਉਕਤ ਨੌਜਵਾਨ ਉਸਦੇ ਪਿੰਡ ਛੱਡਣ ਵਾਸਤੇ ਪਿੰਡ ਨੱਥੂ ਚਾਹਲ ਤੋਂ ਵੱਡੀ ਗਿਣਤੀ ਵਿੱਚ ਮੋਹਤਵਰ ਵਿਅਕਤੀਆਂ ਦਾ ਕਾਫਲਾ ਉਸਦੇ ਪਿੰਡ ਸਿੱਧਵਾ ਬੇਟ ਜ਼ਿਲ੍ਹਾ ਲੁਧਿਆਣਾ ਵਾਸਤੇ ਰਵਾਨਾ ਹੋਇਆ। ਛੋਟੇ ਨੂਰ ਨੂੰ 51,000 ਦੀ ਨਗਦ ਰਾਸ਼ੀ ਦੇ ਨਾਲ ਸਨਮਾਨ ਕੀਤਾ ਜਾ ਰਿਹਾ ਆ। ਅਸੀਂ ਬੇਨਤੀ ਕਰਦੇ ਹਾਂ ਬਹੁਤ ਸਾਰੇ ਪਿੰਡਾਂ ਦੇ ਜਿਹੜੇ ਵੀਰ ਆ ਏਦਾਂ ਜਿਹੜੇ 1-1 ਸਾਲ ਉੱਥੇ ਰਹਿ ਕੇ ਆਏ ਆ ਜਿਨ੍ਹਾਂ ਨੇ ਪਿੱਛੇ ਨਹੀਂ ਦੇਖਿਆ ਕਿ ਉਹਨਾਂ ਦੇ ਘਰ ਕਿੱਦਾਂ ਚੱਲਣੇ ਆ ਜਾਂ ਉਹਨਾਂ ਦੇ ਬੱਚਿਆਂ ਦੀਆਂ ਪੜ੍ਹਾਈਆਂ ਪਿੱਛੇ ਰਹਿ ਗਈਆਂ। ਆਪਾਂ ਉਹਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜਨਾ ਅਤੇ ਸਾਡੇ NRI ਜਿਹੜੇ ਵੀਰ ਆ ਉਹਨਾਂ ਨੇ ਇਹੀ ਕਿਹਾ ਆ ਕਿ ਇਹ ਬੱਚੇ ਦੀ ਪੜ੍ਹਾਈ ਦਾ ਖਰਚਾ ਪੂਰੀ ਲਾਈਫ ਦਾ ਉਹ ਜ਼ਰੂਰ ਨਾਲੋਂ ਨਾਲ ਚੁੱਕਣਗੇ ਅਤੇ ਨਾਲ ਹੀ ਜੀ ਕਦੀ ਵੀ ਪਾਲੀ ਨੂੰ ਲੋੜ ਪੈਂਦੀ ਆ ਪੂਰਾ ਸਾਡਾ ਪਿੰਡ ਜਾਂ ਨਗਰ ਪੂਰੇ NRI ਵੀਰ ਸਾਰੇ ਪਾਲੀ ਦੇ ਨਾਲ ਹਮੇਸ਼ਾ ਮੋਢੇ ਦੇ ਨਾਲ ਮੋਢਾ ਜੋੜ ਕੇ ਖੜੇ ਆ ਅਤੇ ਜਿਹੜੀ ਇਹ ਜਿੱਤ ਹੋਈ ਆ ਇਹ ਏਕਤਾ ਦੀ ਹੋਈ ਆ। ਚਾਹੇ ਕੋਈ ਵੀ ਜਾਤੀ ਕੋਈ ਵੀ ਧਰਮ ਕੋਈ ਵੀ ਆਪਣਾ ਕਿਸਾਨ ਆ ਕਿਸੇ ਵੀ ਸਟੇਟ ਦਾ ਆ ਸਾਰਿਆਂ ਦੀ ਮਿਲ ਕੇ ਏਕਤਾ ਦੀ ਜਿੱਤ ਹੋਈ ਆ। ਆਪਾਂ ਇਸ ਜਿੱਤ ਨੂੰ ਬਿਨਾਂ ਸਰਕਾਰਾਂ ਤੋਂ ਬਿਨਾਂ ਪੋਲੀਟੀਕਲ ਪਾਰਟੀਆਂ ਤੋਂ ਹਾਸਿਲ ਕੀਤਾ ਆ ਅਤੇ ਵੋਟਾਂ ਆਉਣ ਵਾਲੀਆਂ ਆ। ਅਪੀਲ ਇਹੀ ਆ ਕਿ ਹੁਣ ਵੀ ਕੋਈ ਵੀ ਸਾਡੇ ਪਿੰਡ ਦੇ ਵਿੱਚ ਨਗਰ ਦੇ ਵਿੱਚ ਵੋਟਾਂ ਮੰਗਣ ਆਉਂਦਾ ਤਾਂ ਆਪਣੀ ਕੀਮਤੀ ਵੋਟ ਦੇਣ ਤੋਂ ਪਹਿਲਾਂ ਇਹ ਜ਼ਰੂਰ ਪੁੱਛੋ ਕਿ ਸਾਨੂੰ ਫਾਇਦਾ ਕੀ ਹੈ। ਜੇ ਅਸੀਂ ਆਪਣੀ ਵੋਟ ਦੇ ਰਹੇ ਹਾਂ ਸਾਨੂੰ ਕੱਲ ਨੂੰ ਫਿਰ ਨਾ ਦਿੱਲੀ ਵਰਗੀਆਂ ਸੜਕਾਂ ਤੇ ਰੋਲਣਾ ਪਵੇ। ਕਿੰਨੇ ਕਿਸਾਨ ਸ਼ਹੀਦੀਆਂ ਪਾ ਗਏ, ਕਿੰਨੇ ਪਰਿਵਾਰਾਂ ਦੇ ਪੁੱਤ ਘਰੇ ਵਾਪਸ ਨਹੀਂ ਆਏ। ਸੋ ਆਪਾਂ ਇਸ ਚੀਜ਼ ਦਾ ਜ਼ਰੂਰ ਧਿਆਨ ਰੱਖਣਾ ਵੋਟਾਂ ਦੇਣ ਤੋਂ ਪਹਿਲਾਂ ਕਿ ਇਹ ਨਾ ਹੋਵੇ ਅਸੀਂ ਰੋਲ ਚਾਹੀਏ।